ਤੂੰ ਆਖੇ ਡੋਗਰੇ ਗਰਦਾਰ ਨੀ, ਤੂੰ ਜਾਣਦਾ ਨੀ ਕੱਖ, ਰਲੇ ਹੁੰਦੇ ਗੋਰਿਆਂ ਨਾਲ ਡੋਗਰੇ ਗਦਾਰ ਨਾਲ, ਝੂਠੀ ਤੇਰੀ ਫੇਮ ਝੂਠੀ ਸਿਰੇ ਉੱਤੇ ਪੱਗ, ਰਲੇ ਹੁੰਦੇ ਗੋਰਿਆਂ ਨਾਲ ਡੋਗਰੇ ਗਦਾਰ ਨਾਲ, ਸੱਚ ਕੀ ਹੈ ਵੀ ਇੱਥੇ ਜਾਣਦੇ ਨਾ ਸਭ, ਜਿਹੜੇ ਮੁੱਚ ਤੇਰੇ ਜੜਦਾ ਤੂੰ ਪਹਿਲਾਂ ਉਹ ਕੱਢ, ਗੀਤਾਂ ਵਿੱਚ ਲੋਂਗੀਆਂ ਤੂੰ ਲੈਣਾ ਇਕੱਲਾ, ਤੈਨੂੰ ਗਾਣਾ ਨਹੀਂ ਉਹ ਆਉਂਦਾ ਬਸ ਕਰੇ ਹਾਂ ਹਾਂ, ਜਾ ਕੇ ਕਿਸੇ ਤੋਂ ਵੀ ਪੁੱਛੀ ਗੁਲਾਬ ਸਿੰਘ ਦਾ ਤੂੰ ਨਾ ਜੀ ਕੇ ਟੋਰ ਨਾਲ ਗਿਆ ਸਕਾ ਹੱਥ ਨਹੀਂ ਕੋਈ ਪਾ, ਹੁਣ ਵੇਖੀ ਚੱਲ ਵੇਖੀ ਕਿਵੇਂ ਹੋਣੀ ਹੈ ਤਬਾਈ, ਹੋਇਆ ਗੁਆਂਢੀਆਂ ਦੇ ਜਵਾਕ ਜਾ ਕੇ ਮੰਗ ਤੂੰ ਵਧਾਈ, ਕਰੇ ਡੋਗਰਿਆਂ ਦੀ ਗੱਲ ਤੈਨੂੰ ਸ਼ਰਮ ਨਾ ਆਈ, ਤੈਨੂੰ ਵੇਖ ਕੇ ਤੂੰ ਲੱਗਦਾ ਵੇ ਜੀਵੇ ਹੋਏ ਮਰਕਾਈ। ਤੁਸੀਂ ਦਿਖਾ ਦਿਓ ਗ੍ਰਿਡ ਜੰਮੂ ਅਤੇ ਮੈਂ ਪੰਕਜ ਖਜੂਰੀਆ, ਹਾਲ ਹੀ ਦੇ ਵਿੱਚ ਇੱਕ ਗਾਣਾ ਜਿਹੜਾ ਹੈ ਪੰਜਾਬੀ ਰੈਪ ਆਇਆ, ਉਸ ਰੈਪ ਦੇ ਵਿੱਚ ਡੋਗਰਿਆਂ ਦੇ ਬਾਰੇ 'ਚ ਪਰਤੀ ਹੈ ਇੱਕ ਐਸੇ ਸ਼ਬਦਾਂ ਦਾ ਇਸਤੇਮਾਲ ਹੋਇਆ ਜਿਹਦੇ 'ਚ ਡੋਗਰਾ ਕਮਿਊਨਿਟੀ ਦੇ ਲੋਕਾਂ ਦੀ ਗੱਲ ਕਰਾਂ, ਖਾਸ ਕਰ ਨੌਜਵਾਨਾਂ 'ਚ ਇੱਕ ਕਿਸਮ ਦਾ ਰੋਸ਼ ਹੈ। ਔਰ ਇਹ ਦੇਖਿਆ ਜਾਂਦਾ ਕਿ ਆਏ ਦਿਨ ਹੋਣ ਆਈਆਂ ਨੇ ਜਿਹੜੇ ਡੋਗਰੇ ਸਮੁਦਾਇ ਦੇ ਉੱਪਰ ਜਿਹੜੀ ਬਹਾਦਰੀ ਦਲੇਰ ਕੌਮ ਹੈ ਇਹਦੇ ਕੰਨੇ ਕੰਨੇ ਹੈ, ਰਾਸ਼ਟਰਵਾਦੀ ਕੌਮ ਹੈ, ਔਰ ਸਿਰਫ ਕੋਈ ਆਖਿਆ ਕਿ ਇੱਕ ਜਨਰੇਸ਼ਨ ਦੀ, ਦੋ ਜਨਰੇਸ਼ਨ ਦੀ, ਤਰੇ ਜਨਰੇਸ਼ਨ ਦੀ ਨਹੀਂ ਹੈ, ਸਦੀਆਂ ਦੀ ਕੌਮ ਹੈ, ਜਿਹੜੇ ਸਰਦਾ ਹਿਮਾਲਿਆ ਤੱਕ ਵਧਾਈਆਂ ਉਹਦੇ ਉੱਪਰ ਇਹ ਨੇ ਆਪੱਤੀਜਨਕ ਜਿਹੜੇ ਨੇ ਉਹ ਪੰਜਾਬੀ ਗਾਣੇ ਨਿਕਲਾ ਦੇਣ। ਇਹਦੇ ਕੰਨੇ ਹੈ ਇਸ ਰੈਪ ਦਾ ਜਵਾਬ ਦੇਣੇ ਤਾਂ ਹੈ ਸਨ ਆਫ ਦਾ ਸਾਇਲ ਰਾਘਵ ਸਿੰਘ ਹੋਰ ਨੇ, ਸਾਡੇ ਕੰਨੇ ਡੋਗਰਾ ਰੈਪਰ ਨੇ, ਉਹਦੇ ਕੰਨੇ ਸਿੰਗਰ ਵੀ ਹਨ, ਕੀ ਕੁਛ ਆਖਦੇ ਨੇ ਇਹਦੇ ਕੋਲ ਜਾਣਨ ਦੀ ਕੋਸ਼ਿਸ਼ ਕਰਕੇ। ਸਿੱਧੀ ਗੱਲ ਹੈ, ਪਹਿਲਾਂ ਵੀ ਬੜੀ ਬਕਵਾਸ ਹੋਈ ਪੰਜਾਬੀ ਸਿੰਗਰ ਦੁਆਰਾ, ਡੋਗਰੇ ਬੜਾ ਕੁਛ ਆਖਿਆ ਗਿਆ, ਹੁਣ ਵੀ ਮੈਂ ਇੱਕ ਵਾਰੀ ਸੁਣਿਆ ਅਤੇ ਮੈਂ ਬੜੀ ਠੇਸ ਪਹੁੰਚੀ ਹੈ, ਮਿਗੀ ਨਹੀਂ ਸਾਰੇ ਡੋਗਰੇ ਹੀ ਠੇਸ ਪਹੁੰਚੀ ਹੈ, ਪੂਰੇ ਜੰਮੂ ਹੀ ਠੇਸ ਪਹੁੰਚੀ ਹੈ। ਮੈਂ ਇਹ ਸਿੰਗਰ ਨਾ, ਮੈਂ ਬੇਸਿਕਲੀ ਸਿੱਧੇ ਸਿੱਧੇ ਸੁਣਾਉਣਾ, ਇਹ ਇੱਕ ਕਿਸਮ ਦੇ ਇਹਦੇ ਦਿਮਾਗ 'ਚ ਪਤਾ ਨਹੀਂ ਕਿ ਗੰਦ ਭਰੇ ਦਾ, ਜਿਹੜਾ ਵਾਰ ਵਾਰ ਡੋਗਰੇ ਬੋਲ ਦੇਣਾ, ਲੇਕਿਨ ਇਹ ਅਬਰ ਇਸ਼ਟੀਆਂ ਦਿਖ ਲੈਣ, ਆਪਣੀ ਕਿਤਾਬਾਂ ਦਿਖ ਲੈਣ, ਜੇ ਇਹਨੇ ਮੁਰਮੁਰਿਆਰੇ ਕਿਤਾਬਾਂ ਵੇਚੀਆਂ ਨਹੀਂ ਖਾਧੀ ਦੀ ਹੁੰਦੀ ਹੈ ਤਾਂ ਇਹਨੇ ਪਤਾ ਹੋਣਾ ਕਿ ਡੋਗਰੇ ਦਾ ਕਿਹੜਾ ਵੱਡਾ ਯੋਗਦਾਨ ਹੈ, ਠੀਕ ਹੈ। ਇਹਦੀ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ 'ਚ ਸਭ ਤੋਂ ਵੱਡਾ ਯੋਗਦਾਨ ਡੋਗਰੇ ਦਾ, ਜੇ ਇਹ ਕਿਤਾਬਾਂ ਜੇ ਪੜ੍ਹਨਾ ਇਹਨੇ ਆਉਂਦੇ ਨੇ ਚਾਰ ਬੋਲ, ਅਤੇ ਇਹ ਆਪੋ ਪੜ੍ਹੀ ਸਕਦੇ ਨਾ, ਉੱਥੇ ਦੇਖੀ ਸਕਦੇ ਨਾ ਕਿ ਸਾਡਾ ਕੀ ਯੋਗਦਾਨ ਹੈ। ਇਹਦੇ ਕਮਾਂਡਰ ਸਾਡੇ ਗੁਲਾਬ ਸਿੰਘ ਹੋਰ, ਉਹ ਵੀ ਡੋਗਰੇ ਹੈ, ਠੀਕ ਹੈ। ਇਹਦੀ ਸੈਨਾ 'ਚ ਜਿਹੜੇ ਮੈਕਸੀਮਮ ਵੱਡੇ ਲੈਵਲ ਉੱਪਰ ਬੈਠੇ ਸਾਰੇ ਡੋਗਰੇ ਹੈ, ਉਹਨੇ ਕਿਉਂ ਸਾਡੇ ਉੱਪਰ ਇੰਨਾ ਯਕੀਨ ਕੀਤਾ, ਕਿਉਂ ਨਹੀਂ ਉਹਨੇ ਆਪਣੇ ਬੰਦੇ ਉੱਪਰ ਯਕੀਨ ਹਾ। ਉਹਦੇ ਬ੍ਰਦਰ ਜਿਹੜੇ ਹੈ ਧਿਆਨ ਸਿੰਘ ਹੋਰ, ਮੈਂ ਸੁਣਾਓ ਪ੍ਰਧਾਨ ਮੰਤਰੀ ਜੀ ਉਹਦੇ ਬ੍ਰਦਰ, ਬਿਲਕੁਲ ਉਹਦੇ ਬ੍ਰਦਰ ਜਿਹੜੇ ਧਿਆਨ ਸਿੰਘ ਹੋਰ, ਉਹ ਵੀ ਪ੍ਰਧਾਨ ਮੰਤਰੀ ਹੈ ਸਾਡੇ, ਗੁਲਾਬ ਸਿੰਘ ਹੋਣੇ ਕਮਾਂਡਰ ਬਣਾਏ ਦੇ, ਖਜ਼ਾਨਾ ਮੰਤਰੀ ਵੀ ਸਾਰੇ ਡੋਗਰੇ ਹੈ, ਸੁਚੇਤ ਸਿੰਘ ਹੋਰ ਸਿੱਧੀ, ਅਤੇ ਉਹ ਇਹਨੇ ਪਤਾ ਹੋਣਾ ਚਾਹੀਦਾ ਇਹ ਜਿਹੜੇ ਮੂਰਖ ਨਹੀਂ ਇਹਦੀ ਦੋ ਸ਼ਕਲਾਂ ਦਿਖਾ, ਬਾਜੀ ਯਾਰੀ ਡਰੈਸਰ ਪਾਈ ਹੈ, ਤੁੰਬੀਆਂ ਬਜਾਈ ਬਜਾਈ ਹੈ, ਇਹ ਕੱਖ ਨਹੀਂ ਕਰਦਾ ਹਾ, ਇਹ ਗੋਪੀ ਲੌਂਗੀ ਹੈ ਨਾ ਜਿਹੜਾ, ਇਹਦੀ ਹਿਸਟਰੀ ਮਿਗੀ ਪਤਾ, ਮਿਗੀ ਕਿ ਸਾਰੇ ਪਤਾ, ਵਧਾਈਆਂ ਮੰਗਣੇ ਆ ਰਹਾ, ਬਿੰਦਾ ਹੀ ਫੇਮ ਲੱਭੀ, ਆਖਦੇ ਨਾ ਬਾਂਦਰੇ ਜੁਲਾ ਦਰਜਨ ਕੇਲੇ ਲੱਭਣ, ਉਹ ਸੋਚਦਾ ਮੈਂ ਸਾਰੇ ਗਲੀਆਂ ਨੱਠੀਆਂ ਨੇ, ਲੇਕਿਨ ਜੰਦਾ ਉਹਦੇ ਕੋਲ ਇੱਕੋ ਹੈ, ਅਤੇ ਇਹ ਬੜਾ ਹੁਣ ਰੌਲਾ ਪਾ ਦਾ, ਹੁਣ ਬਿੰਦਾ ਹੀ ਫੇਮ ਲੱਗੀ, ਕੋਈ ਕਾਪੀ ਕਰੀਏ, ਕੋਈ ਬੋਹੀਮੀ ਆ ਸਿੰਗਰੇ ਕਾਪੀ ਕਰੀਏ, ਜੇ ਸੰਘੇ ਜਿੰਨਾ ਅੱਡ ਹੁੰਦਾ ਫਸਿਆ ਹਾ ਹਾ ਕਰਦਾ ਹੀ ਉਹ, ਅਤੇ ਇੰਨਾ ਇਹ ਬੜੀ ਮੈਂ ਅਸੀਂ ਵਾਰ ਵਾਰ ਇਹ ਆਖਣਾ ਕਿ ਮਾਫ਼ੀ ਮੰਗ ਲੈ ਅਤੇ ਠੀਕ ਰਹੋ, ਕਹਿੰਦੀ ਤਾਂ ਤੂੰ ਲੱਖਣਪੁਰ ਨੇ ਟੱਪਣ ਲਗਾ, ਡੋਗਰੇ ਤੁਸੀਂ ਕਦੀ ਮਾਫ਼ ਨਹੀਂ ਕਰਨ। ਹਾਲ ਹੀ 'ਚ ਇੱਕ ਵਾਕਿਆ ਵੀ ਹੋਇਆ ਜਿਹੜਾ ਨਿਖਿਲ ਡੋਗਰਾ ਹੁੰਦਾ ਵੀ, ਔਰ ਮੈਂ ਤੁਸੀਂ ਸੁਣਾ ਕਿ ਉਹਦੇ 'ਚ ਹਾਲਾਂਕਿ ਸਮਰਥਨ ਜਿਹੜਾ ਹੈ ਪੂਰਾ ਡੋਗਰਾ ਸਮੁਦਾਇ ਦਾ ਲੱਭਿਆ, ਔਰ ਨਿਖਿਲ ਡੋਗਰਾ ਔਰ ਜਿਹੜੇ ਨੇ ਉਹ ਮੈਂ ਆਖਾਂਗਾ ਕਿ ਬੜਾ ਸੇਫਟੀ ਕਰਨਾ ਆਪਣੇ ਘਰ ਵਾਪਸ ਆਏ। ਲੇਕਿਨ ਇਹਦੇ 'ਚ ਮੈਂ ਵੀ ਇੱਕ ਚੀਜ਼ ਐਡ ਕਰਾਂ ਕਿ ਮਹਾਰਾਜਾ ਰਣਜੀਤ ਸਿੰਘ ਹੋਰ ਜਿਹੜੇ ਨੇ ਬੜੇ ਆਦਰਣੀ ਔਰ ਪੂਜਨੀਏ ਨੇ ਡੋਗਰਿਆਂ ਦਾ, ਔਰ 17 ਜੂਨ ਹੀ ਇੱਕ ਬੜਾ ਵੱਡਾ ਦਿਹਾੜਾ ਮਨਾਇਆ ਜਾਂਦਾ ਜਿਹਦੇ 'ਚ ਮਹਾਰਾਜਾ ਗੁਲਾਬ ਸਿੰਘ ਸਾੜੇ ਔਰ ਮਹਾਰਾਜਾ ਰਣਜੀਤ ਸਿੰਘ ਹੁੰਦੇ ਜਿਹੜੇ ਰਾਜ ਤਿਲਕ ਕੀਤਾ, ਉਹ ਉੱਥੇ ਆਪਣਾ ਜੀਓ ਪੋਤਾ ਘਾਟ ਅਖਨੂਰ 'ਚ ਵੀ ਹੈ। ਇਹ ਸਾਰੀ ਚੀਜ਼ਾਂ ਕਿਉਂ ਨਹੀਂ ਸੁਣਾਉਂਦੇ ਨੇ ਆਪਣੇ ਗਾਣੇ 'ਚ, ਕਿ ਡਰ ਲੱਗਦਾ ਨਹੀਂ ਭਲਾ ਇਹ ਚੀਜ਼ਾਂ ਵੀ ਹੈ ਨਾ ਭਾਈ ਇੰਨਾ ਮਾਣ ਸਨਮਾਨ ਕਰ। ਦੇਖੋ ਜੀ ਜਿਹੜੀ ਇਹਨਾਂ ਜਿਸਦੀ ਜਿਹਦੀ ਗੱਲ ਕੀਤੀ ਹੈ ਨਾ, ਇਹਦੇ ਤੋਂ ਬਲੱਡ ਟੈਸਟ ਕਰਾਗੇ ਨਾ, ਅਗਰ ਇਹਦੇ ਸਰੀਰ 'ਚ 40% ਬਲੱਡ ਹੋਗਾ ਤਾਂ 60% ਨਸ਼ਾ ਹੋਣਾ ਬੱਚੇ ਦਾ। ਇਹ ਗੱਲਾਂ ਇਹ ਚੀਜ਼ਾਂ ਦੱਬ ਦੇਣਾ, ਇਹਦੇ ਦਿਮਾਗ 'ਚ ਗੰਦ ਭਰੀ ਉੱਡਦਾ, ਇਹ ਉਹ ਭਗਦੇ ਰੋਂਦੇ ਨੇ। ਇਹ ਪਹਿਲਾ ਸਿੰਗਰ ਨਹੀਂ ਆ, ਇਹਦੇ ਕੋਲ ਪਹਿਲਾਂ ਵੀ ਗੱਲਾਂ ਹੋਈਆਂ, ਅਤੇ ਜਿਹੜੀ ਤੁਸੀਂ ਕੀਤੀ ਹੈ ਨਿਖਿਲ ਡੋਗਰਾਂ ਦੀ ਗੱਲ, ਇੱਕ
ਡੋਗਰੇ ਯੂਨਿਟੀ ਆ ਨਾ, ਇਹ ਡੋਗਰੇ ਜਦੋਂ ਤੱਕ ਯੂਨਿਟੀ ਬਣਾਈ ਰੱਖਣ ਉਦੋਂ ਤੱਕ ਕੋਈ ਸਿੰਗਰ ਬਕਵਾਸ ਨਹੀਂ ਕਰ ਸਕਦਾ। ਇਹ ਗਲਤੀ ਦੇਖੋ ਕੁਦਾ ਤੇ ਕੁਦਾ ਸਾਡੇ ਲੋਕਾਂ ਦੀ ਵੀ ਹੈ, ਜਿਹੜੇ ਉਹ ਸਿੰਗਰ ਨੇ ਸਪੋਰਟ ਕਰ ਦੇਣਾ ਉਹਦੇ ਗਾਣੇ ਸੁਣ ਦੇਣਾ। ਅਗਰ ਮਾਨ ਨਾਲ ਕੋਈ 10,000 ਬੰਦਾ ਰਿਪੋਰਟ, ਉਹ ਗਾਣਾ ਮੈਂਟੇ ਡਿਲੀਟ ਹੋ ਜਾਂਦਾ, ਲੇਕਿਨ ਉਹ ਗਾਣਾ ਹਾਲੇ ਤੱਕ ਡਿਲੀਟ ਕਿਉਂ ਨਹੀਂ ਹੋਇਆ ਕਿ ਜੰਮੂ ਕਸ਼ਮੀਰ ਦੀ ਆਬਾਦੀ ਨਹੀਂ ਇੰਨੀ ਕਿ ਉਹ ਗਾਣਾ ਡਿਲੀਟ ਕਰਾਈ ਸਕਣ, ਇਹਦੇ ਕੋਲ ਕੁਛ ਨਹੀਂ ਹੋਇਆ। ਇਹਨੇ ਵੀ ਨਹੀਂ ਪਤਾ ਹੈ, ਬਿਲਕੁਲ ਬਿਲਕੁਲ ਮੈਂ ਇਹਦਾ ਸੁਣਾਈ ਹੁੰਦਾ, ਤੁਹਾਨੂੰ ਸੁਣਾਈ ਵੀ ਉਹਨਾਂ ਕਿਸ ਚੈਨਲ ਪਰ ਗਾਣਾ ਆਇਆ ਬੀਟ MUZIK ਜਿਹੜਾ ਗਾਣਾ ਆ ਉਹ ਆਇਆ ਇਹਦਾ, ਅਤੇ ਸ਼ੇਰੇ ਪੰਜਾਬ ਨਾਂ ਦਾ ਇਹਨਾਂ ਗਾਣਾ ਕੱਢਿਆ, ਉਹਦੇ 'ਚ ਇਹਨਾਂ ਬੋਲੇਗਾ ਡੋਗਰੇ ਗਰਦਾਰ ਨੇ, ਠੀਕ ਹੈ ਡੋਗਰੇ ਗਰਦਾਰ ਆ, ਮੈਂ ਤੁਸੀਂ ਵਾਰ ਵਾਰ ਆਖਾਂ ਮਾਫ਼ੀ ਮੰਗ ਲੈ, ਠੀਕ ਹੈ ਜੇ ਤੂੰ ਰੈਪ 'ਚ ਆਉਣਾ ਮੇਰੇ ਕੰਨਾ ਰੈਪ 'ਚ ਆਈ ਆ, ਸਿੰਗਿੰਗ 'ਚ ਆਉਣਾ ਸਿੰਗਿੰਗ 'ਚ ਆਈ ਆ, ਸ਼ਾਇਰੀ 'ਚ ਆਉਣਾ ਸ਼ਾਇਰੀ 'ਚ ਆਈ ਆ, ਤੁਸੀਂ ਮੈਂ ਓਪਨ ਚੈਲੇਂਜ ਦਿੰਦਾ, ਠੀਕ ਹੈ ਅੱਜ ਤਾਂ ਤੂੰ ਛੜੀ ਤੁੰਬੀਆਂ ਵਜਾ ਡੋਗਰੇ ਬਾਰੇ ਮੁੜੀਆਂ ਕਿਛ ਆਖਿਆ, ਅਤੇ ਫਿਰ ਆਹਾਂ ਪੰਜਾਬ ਪੁੱਜਣਾ ਹੀ ਆ ਡੋਗਰੇ ਬਾਰੇ ਕਿਛ ਆਖਿਆ ਤਾਂ ਹੈ ਪੰਜਾਬ ਪੁੱਜਣਾ, ਲੇਕਿਨ ਮੈਂ ਵੀ ਸੁਣਾਈਡਮ ਕਿ ਮਹਾਰਾਜ ਗੁਲਾਬ ਸਿੰਘ ਹੁੰਦੇ ਬਾਰੇ 'ਚ ਉਹਦੇ 'ਚ ਉਹਨੇ ਆਖਿਆ ਤਾ, ਔਰ ਕਈ ਵਾਰੀ ਪੰਜਾਬੀ ਫੋਕ 'ਚ ਚੀਜ਼ਾਂ ਬਾਹਰ ਆਉਂਦੀਆਂ ਨੇ, ਲੇਕਿਨ ਪੰਜਾਬੀ ਫੋਕ 'ਚ ਇਹ ਕਿਉਂ ਨਹੀਂ ਸੁਣਾਉਂਦੇ ਐਨ ਕਿ ਮਹਾਰਾਜ ਰਣਜੀਤ ਸਿੰਘ ਹੋਰ ਜਿਹੜੇ ਹੋਏ ਉਹ 1809 'ਚ ਜਿੰਝਾ ਮਹਾਰਾਜ ਗੁਲਾਬ ਸਿੰਘ ਹੋਰ ਉਸਦੀ ਫੌਜ 'ਚ ਗਏ, ਉਸਦੇ ਕੰਨੇ ਕੰਨੇ ਉਹਦੇ ਭਾਈ ਧਿਆਨ ਸਿੰਘ ਹੋਰ ਸੁਚੇਤ ਸਿੰਘ ਹੋਰ ਗਏ, ਉਹਦੇ ਬਾਅਦ ਜਿਹੜਾ ਆ ਲਾਹੌਰ ਦਰਬਾਰ ਵਧਿਆ ਜਲੰਧਰ ਤੱਕ ਮੁਲਤਾਨ ਪਿਸ਼ਾਵਰ ਤੱਕ, ਇਹ ਕਿਉਂ ਨਹੀਂ ਸੁਣਾਉਂਦੇ ਹਨ, ਉਹਦੀ ਯੋਗਦਾਨ ਕਿਉਂ ਨਹੀਂ ਸੁਣਾਉਂਦੇ, ਔਰ ਕਿਹ ਕਿਛ ਕੁਆਲਿਟੀਆਂ ਉਹਦੀ ਲੋਇਲਟੀ ਇੰਟੀਗ੍ਰਿਟੀ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਹੋਣੇ ਉਹਨੇ ਆਪਣੇ ਕੋਲ ਰੱਖਿਆ ਬਾਲੀ ਹੈ। ਇਹ ਬੜੀ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਜਿਲ੍ਹਾ ਮਹਾਰਾਜਾ ਸਾਹਿਬ ਹੁੰਦੇ ਨਾ ਕੋਈ, ਅਤੇ ਉਹਦੇ ਅੱਗੇ ਪਿੱਛੇ ਜਿਹੜੇ ਮੰਤਰੀ ਹੁੰਦੇ ਨੇ ਉਹਨੇ ਡੋਗਰਾ ਬ੍ਰਦਰ ਸੀ ਰੱਖਿਆ ਹੁੰਦਾ, ਬਿਲਕੁਲ ਬਿਲਕੁਲ, ਬਾਕੀ ਉਹਦੇ ਆਪਣੇ ਲੋਕ ਵੀ ਹੋਣੇ ਨੇ, ਲੇਕਿਨ ਕਿਸੇ ਦੇ ਲੋਇਲਟੀ ਇੰਟੀਗ੍ਰਿਟੀ ਹੋਣੀ ਨਾ, ਔਰ ਇਹ ਸਾਰਾ ਜਿਹੜਾ ਆ ਬਾਅਦ ਵਿੱਚ ਕਿਉਂ ਐਸੀ ਚੀਜ਼ ਹੋਈ ਕਿ ਉਹ ਆਖਦੇ ਵੀ ਹਨ ਸਾਡੇ ਕੋਲ ਇਹ ਚੀਜ਼ਾਂ ਹਨ, ਲੇਕਿਨ ਇਹ ਚੀਜ਼ ਕੁੰਨ ਸੁਣਾਉਣੀ ਹੈ ਭਾਈ ਵੀ ਇਹਦੇ ਪਰ ਡਿਸਕਸ਼ਨ ਕਰੋ ਕਿ ਕਿਉਂ ਉਹਨੇ ਕੋਲ ਰੱਖਿਆ ਮਹਾਰਾਜਾ ਸਾਹਿਬ ਨੇ, ਔਰ ਕਿਉਂ ਇੰਨਾ ਯਕੀਨ ਕਰਦੇ, ਔਰ ਇਸ ਦੇ ਬਾਅਦ ਮਹਾਰਾਜਾ ਗੁਲਾਬ ਸਿੰਘ ਦੀ ਗੱਲ ਕਰਾਂ, ਉਹਦੇ ਬ੍ਰਦਰ ਧਿਆਨ ਸਿੰਘ ਹੋਰ, ਸੁਚੇਤ ਸਿੰਘ ਹੋਰ, ਧਿਆਨ ਸਿੰਘ ਹੁੰਦੇ ਜਿਹੜੇ ਸਪੁੱਤਰ ਇਹ ਹੀਰਾ ਸਿੰਘ ਹੋਰ ਜਿਹਦੇ ਨਾਮ ਪਰ ਹੀਰਾ ਨਗਰ ਪੈਦਾ, ਜਵਾਹਰ ਸਿੰਘ ਹੋਰ, ਇਹਦੇ ਸਾਰੇ ਦੀ ਮ੍ਰਿਤੂ ਜਿਹੜੀ ਆ ਉਹ ਗਈਆਂ ਹੋਈ, ਇਸ ਚੀਜ਼ਾਂ ਹੋਰ ਵੀ ਮੈਨੂੰ ਲੱਗਦਾ ਡਿਸਕਸ਼ਨ ਹੋਣੀ ਚਾਹੀਦੀ ਹੈ, ਫਿਰ ਮੈਨੂੰ ਲੱਗਦਾ ਪੂਰੀ ਗੱਲ ਰਿਐਲਿਟੀ ਬਾਹਰ ਆਈ ਸਕਦੀ। ਬਿਲਕੁਲ ਜੀ ਸਹੀ ਗੱਲ ਆਖੀ ਤੁਸੀਂ, ਬਿਲਕੁਲ ਸਹੀ ਗੱਲ ਆਖੀ ਹੈ, ਇਹ ਚੀਜ਼ ਵੀ ਉਹਦੇ ਦਿਮਾਗੇ 'ਚ ਪੜਨੀ ਚਾਹੀਦੀ। ਸਾਡੇ ਵੀ ਜੰਮੂ 'ਚ ਮੈਕਸੀਮਮ ਆਰਟ, ਬਹੁਤ ਸਾਰੇ ਆਰਟਿਸਟ ਆ, ਮੈਂ ਦੇਖਦਾ ਰਹਿੰਦਾ, ਮੈਂ ਬਹੁਤ ਸਾਰੇ ਆਰਟਿਸਟ ਆ, ਉਹ ਵੀ ਤਾਂ ਇਸ ਚੀਜ਼ ਦੇ ਬਾਰੇ ਆਵਾਜ਼ ਚੁੱਕੀ ਸਕਦੇ ਨਾ, ਅਗਰ ਉਹ ਬੰਦਾ ਪੰਜਾਬ ਤੋਂ ਬੈਠੀ ਆਹੀਂ ਇੰਨਾ ਕੁਛ ਆਖਦਾ, ਅਸੀਂ ਵੀ ਤਾਂ ਰਿਪਲਾਈ ਦੇਣ ਦਾ ਹਿੰਮਤ ਰੱਖਣੇ ਆ ਨਾ, ਕਿੱਥੇ ਗਏ ਸਾਡੇ ਆਰਟਿਸਟ ਜਿਹੜੇ ਬੜੇ ਲਲਕਾਰੇ ਮਾਰ ਦੇਣਾ, ਬੜੀ ਬੜਕਾ ਮਾਰ ਦੇਣਾ, ਉਹਨੇ ਬਾਹਰ ਆਉਣਾ ਚਾਹੁੰਦਾ, ਉਹਨੇ ਦੱਸਣਾ ਚਾਹੀਦਾ, ਹਿਸਟਰੀ ਦੱਸਣੀ ਚਾਹੀਦੀ, ਜੇ ਨਹੀਂ ਤੁਹਾਡੇ ਕੋਲ ਆਉਂਦਾ ਮੈਂ ਕੜਕਾ ਗਾਣਾ, ਮੈਂ ਉਹਦੇ ਪੂਰੀ ਹਿਸਟਰੀ ਦੱਸਦਾ, ਇਹ ਮੇਰਾ ਵਾਅਦਾ ਰਿਹਾ ਤੁਹਾਡੇ ਕੰਨਾ। ਔਰ ਰਹੀ ਗੱਲ ਦੇਖੋ, ਇਹ ਹੁੰਦਾ ਇਹ ਰਾਈਟਰ ਜਿਹੜਾ ਹੁੰਦਾ ਨਾ ਸੌਂਗ ਦੇ ਪਿੱਛੇ, ਉਹ ਕੋਈ ਹੋਰ ਹੁੰਦਾ, ਇਹ ਅੱਗਾ ਮਦਾਰੀ ਬਾਂਦਰ ਨਚਾਣੇ ਲਈ ਆ, ਇਹ ਗੋਪੀ ਲੋਂਗੀ, ਮੈਂ ਸਰਿਆਮ ਆਖਣਾ, ਮੈਂ ਅੱਗੇ ਸਾਰੇ ਆਖਣੇ ਪਾਈ ਲੈਂਦਾ, ਕਦੀ ਸਲਵਾਰਾਂ ਦੇ ਕਦੀ ਉੱਪਰ ਟੰਗੀ ਲੈਂਦਾ ਤੁੰਬੀਆਂ, ਤੇਰੇ ਹੱਟੇ ਇੱਥੇ ਵਧਾਈਆਂ ਮੰਗਣਾ ਦੇਣਾ ਜਿਹੜੇ ਤੂੰ ਗਾਣੇ ਗਾਵੈ, ਤੇਰੀ ਇੰਨੀ ਤੂੰ ਡੋਗਰੇ ਕਿਛ ਆ ਕੇ ਸਕਦੇ, ਪਹਿਲਾਂ ਤੂੰ ਆਪਣਾ ਅਬ ਜੁੰਦੇ ਆਪਣੇ ਘਰ ਸ਼ੀਸ਼ੇ ਹੁੰਦੇ ਨਾ, ਬਾਹਰ ਨਹੀਂ ਪੱਥਰ ਮਾਰਦੇ, ਗੱਲ ਚੇਤਾ ਰੱਖਿਆ, ਠੀਕ ਹੈ, ਅਤੇ ਤੇਰੀ ਗੀਟੀ ਵੀ ਵੱਜੀ ਪੂਰਾ ਘਾਟ ਹੱਠੀ ਜਾਣੇ ਤੇਰੇ, ਅਤੇ ਮੈਂ ਤੂੰ ਸਿੱਧਾ ਸਿੱਧਾ ਸੁਣਾ ਦੇ, ਸਿੱਧਾ ਸਿੱਧਾ ਰਿਪਲਾਈ ਦੇ ਦਾਈ, ਤੂੰ ਸੁਧਰੀ ਆ, ਮਾਫ਼ੀ ਮੰਗ ਲੈ, ਨਹੀਂ ਤਾਂ ਤੂੰ ਜੰਮੂ ਅਤੇ ਜੰਮੂ ਕਸ਼ਮੀਰ 'ਚ ਤਾਂ ਬੁਆਇਕਾਟ ਹੋਏਗਾ ਸਕਦਾ, ਪੰਜਾਬ 'ਚ ਵੀ ਹੋਏਗਾ। ਜੰਮੂ ਵਾਲੇ ਵੀ ਕਈ ਆ ਜਿਹੜੇ ਹਿਸਟਰੀ ਉੱਪਰ ਮਾਰੇ ਗੁਲਾਬ ਸਿੰਘ ਹੁੰਦੇ ਉੱਪਰ, ਬਾਕੀ ਵਾਲੇ ਉੱਪਰ ਗੱਲਬਾਤ ਕਰਦੇ ਨੇ, ਉਹ ਵੀ ਕੋਈ ਗੱਲਬਾਤ ਨਹੀਂ ਕਰਦੇ ਆ ਜਿਸ ਲਈ ਇੰਨੀ ਚੀਜ਼ਾਂ ਆਉਂਦੀਆਂ ਨੇ, ਇੰਨੀਆਂ ਵੱਡੀ ਵੱਡੀ ਗੱਲਾਂ ਸੁਣਾਉਂਦੇ ਨੇ, ਮਾਰੇ ਉਹ ਜਿੱਤਿਆ ਜਿਲ੍ਹਾ, ਕੋਈ ਇਹ ਨਹੀਂ ਗੱਲ ਕਰਦਾ, ਉਹ ਕਹਿੰਦੇ ਨਹੀਂ ਬਾਹਰ ਆਉਂਦੇ ਹਨ, ਔਰ ਇਹ ਸਾਰਾ ਸਮਾਜ ਵੀ ਕੁਦਾਂ ਨਾ ਕੁਦਾਂ ਲੱਗਦਾ ਜ਼ਿੰਮੇਵਾਰ ਹੈ। ਗਲਤੀ ਜੀ ਸਾਰੇ ਸਮਾਜ ਦੀ ਵੀ ਹੈ, ਗਲਤੀ ਪੇਰੈਂਟਸ ਦੀ ਵੀ ਹੈ, ਜਿਹੜੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਈ ਆ ਉਹਨੇ ਇਹ ਚੀਜ਼ਾਂ ਨਹੀਂ ਸਿਖਾਉਂਦੇ, ਉਹਨੇ ਸਟੋਰੀਆਂ ਸੁਣਾਉਣੀਆਂ ਜੀ ਬਾਹਰਲੇ ਅੰਗਰੇਜ਼ੀ ਦੀਆਂ ਸਟੋਰੀਆਂ ਸੁਣਾਉਣੀਆਂ, ਤਾਂ ਉਹਨੇ ਸੁਣਾਉਣੇ ਟੀਵੀ ਸੀਰੀਅਲ ਲਾਏ, ਬਿਲਕੁਲ ਆਪਣੀ ਹਿਸਟਰੀ ਸੁਣਾਓ, ਆਪਣੇ ਰਾਜਿਆਂ ਦੀ ਸੁਣਾਓ, ਪਤਾ ਲੱਗਿਆ ਬੱਚੇ ਆਉਣ ਵਾਲੀ ਪੀੜ੍ਹੀ ਪਤਾ ਲੱਗਿਆ ਕਿ ਸਾਡੇ ਰਾਜ ਕੀ ਕਰੀਏ। ਦੇਖੋ ਜੀ ਰਾਜ ਹੁੰਦਾ ਜਿਹੜੀ ਮੇਰੀ ਸਿੱਧੀ ਗੱਲ ਹੈ ਨਾ, ਰਾਜ ਹੁੰਦਾ ਪੀੜ੍ਹੀ ਦਰ ਪੀੜ੍ਹੀ, ਇਹ ਨਹੀਂ ਹੈ ਕਿ ਇੱਕ ਵਾਰੀ ਰਾਜ ਹੋਏ ਅਤੇ ਅਗਲੀ ਵਾਰੀ ਕੋਈ ਨਾ ਖੁੱਲਿਆ, ਉਹ ਰਾਜ ਨਹੀਂ ਹੁੰਦਾ, ਸਾਡੇ ਜਿਹੜੇ ਰਾਜ ਨਾ ਇਹ ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਆਏ ਆ, ਅਤੇ ਇਸੀ ਰਾਜ ਆਦ ਹੈ, ਅਤੇ ਇਹਨੇ ਰਾਜ ਸਾਡਾ ਸਲੂਟ ਹੈ, ਰਾਜੇ ਸਲੂਟ ਹੈ, ਔਰ ਕੁਦਾ ਨਾ ਕੁਦਾ ਇਹ ਵੀ ਗੱਲ ਹੈ ਕਿ ਰੋਸ਼ ਵੀ ਹੈ ਕਿ ਆਏ ਦਿਨ ਡੋਗਰੇ ਪਰ ਇਹ ਗੱਲ ਜਿਹੜੀ ਹੈ ਪੰਜਾਬੀ ਫੋਕ 'ਚ ਆਉਂਦੀ ਹੈ
ਔਰ ਹਾਲਾਂਕਿ ਇਹਨੇ ਸਾਫ਼ ਤੌਰ 'ਤੇ ਰੱਖਿਆ ਇਹ ਨਹੀਂ ਚੀਜ਼ ਨਹੀਂ ਹੋਣੀ ਚਾਹੀਦੀ ਹੈ, ਲੇਕਿਨ ਤੁਸੀਂ ਕੀ ਲੱਗਦਾ ਕਿ ਇਹ ਕਿਉਂ ਆਉਂਦੀ ਹੈ? ਇਹ ਜਿਹੜੇ ਸਾਡੇ 'ਚ ਜਾਂ ਜਾਣਕਾਰੀ ਦਾ ਅਭਾਵ ਹੈ ਜਾਂ ਅਸ ਜਾਣਕਾਰ ਹੋਈਏ ਵੀ ਅੱਖਾਂ ਬੰਦ ਕਰੀ ਲੈਂਦੇ ਹੁੰਦੇ, ਇਹ ਇੱਕ ਵੱਡਾ ਕੁਸ਼ਚਨ। ਹਾਲਾਂਕਿ ਪਿਛਲੀ ਵਾਰੀ ਹੋਈ ਤਾਂ ਉਹਨੂੰ ਮਾਫ਼ੀ ਮੰਗੀ ਅਤੇ ਗਾਣਾ ਵੀ ਜਿਹ੾ੜਾ ਉਹਦੇ 'ਚ ਉਹ ਲਾਈਨ ਕੱਟੀ। ਜੀ ਜੀ ਬਿਲਕੁਲ, ਮੈਂ ਹਾਲੇ ਵੀ ਆਪਣੇ ਡੋਗਰੇ ਸਮਾਜ ਦੀ ਆਗਾ, ਜੇ ਨਹੀਂ ਮਾਫ਼ੀ ਮੰਗਦਾ ਮਾਫ਼ੀ ਦੀ ਤਾਂ ਕੋਈ ਗੱਲ ਨਹੀਂ, ਉਹ ਗਾਣਾ ਇੰਨੇ ਵੀ ਡਿਲੀਟ ਕਰਨਾ, ਮੈਂ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਰਿਪੋਰਟ ਮਾਰੋ। ਮੈਂ ਚੈਨਲ ਤਾਂ ਸੀੜਿਆ ਤੋਂ ਹੀ, ਡੋਗਰੇ ਗਰਦਾਰ ਨਹੀਂ ਹੈ, ਠੀਕ ਹੈ, ਡੋਗਰੇ ਸ਼ੇਰ ਨੇ, ਜੰਮੂ ਦੇ ਡੋਗਰੇ ਸ਼ੇਰ ਨੇ, ਇਹ ਬਾਹਰਲੇ ਮੁਲਕਾਂ ਤੱਕ ਪਤਾ ਲੱਗਦਾ ਕਿ ਜੰਮੂ ਦੇ ਡੋਗਰੇ ਸ਼ੇਰ ਨੇ, ਠੀਕ ਹੈ। ਸਾਡੇ 'ਚ ਏਕਤਾ ਹੈ, ਸਾਡੇ 'ਚ ਬਲ ਹੈ, ਕਿਉਂਕਿ ਹੁਣ ਪੰਜਾਬ ਪੁਲਿਸ ਨੇ ਵੀ ਦੇਖ ਲਈ ਸਾਡੀ ਏਕਤਾ, ਠੀਕ ਹੈ, ਇੱਥੋਂ ਗੱਡੀ 1 ਕਿਲੋਮੀਟਰ ਵੀ ਨਹੀਂ ਜਾ ਸਕੀ ਹੁੰਦੀ, ਅਤੇ ਇੰਨਾਂ ਦਾ ਏਕਤਾ ਬਣਾਓ ਅਤੇ ਬਸ਼ਰਮ ਪੂਣਾ ਨਹੀਂ ਕਰੋ, ਠੀਕ ਹੈ। ਚਿੱਕੜ ਉਛਲਾ ਦਾ, ਸਾਰਿਆਂ ਪਰ ਉਛਲਾ ਦਾ, ਇੱਕ ਬੰਦੇ ਵੀ ਨਹੀਂ ਉਛਲਾ ਦਾ। ਮੈਂ ਆਪਣੇ ਯੂਥ ਦੀ ਆਗਾ ਕਿ ਗਾਣਾ ਬੰਦ ਕਰਾਓ, ਰਿਪੋਰਟਾਂ ਮਾਰੋ, ਜੋ ਕਰਨਾ ਕਰੋ, ਲੇਕਿਨ ਉਹ ਗਾਣਾ ਡਿਲੀਟ ਹੋਣਾ ਚਾਹੀਦਾ, ਇਹ ਤੁਹਾਡੇ ਉੱਪਰ ਆਉਣ। ਗਾਣਾ ਡਿਲੀਟ ਹੋਣਾ ਚਾਹੀਦਾ, ਯੂਥ ਉੱਪਰ ਗੱਲ ਆਈ ਹੈ, ਲੇਕਿਨ ਤੁਸੀਂ ਵੀ ਆਪਣੀ ਵੈਲਿਊਬਲ ਰਾਏ ਜ਼ਰੂਰ ਰੱਖਿਓ। ਮਹਾਰਾਜਾ ਗੁਲਾਬ ਸਿੰਘ ਹੋਰ ਜਿੰਦੀ ਲੋਇਲਟੀ ਇੰਟੀਗ੍ਰਿਟੀ ਇੰਨੀ ਵੱਡੀ ਕਿ ਉਹਨੇ ਜਿਸਲੇ ਮਹਾਰਾਜਾ ਰਣਜੀਤ ਸਿੰਘ ਹੋਣੇ ਉਹਨੇ ਆਪਣੇ ਕੋਲ ਉਹਦੇ ਬ੍ਰਦਰ ਹੀ, ਉਹਦੇ ਦੋ ਬ੍ਰਦਰ ਹੀ, ਆਪਣੀ ਜਿਹੜਾ ਉਹਦੇ ਵਜ਼ੀਰ ਹੀ ਉਹਦੇ ਵਿੱਚ ਰੱਖਿਆ, ਔਰ ਉਸਦੇ ਬਾਅਦ ਜਿਹੜਾ ਆ ਉਹਨੇ ਅੰਗਰੇਜ਼ੀ ਕੰਨੇ ਵੀ ਟੱਕਰ ਲੱਤੀ। ਬਹਰਹਾਲ ਇਸ ਸਾਰੀ ਡਿਵੈਲਪਮੈਂਟ ਤੋਂ ਕਿੰਨੀਆਂ ਦੇਖਦੇ ਹੋ, ਆਪਣੀ ਵੈਲਿਊ ਰਾਏ ਜ਼ਰੂਰ ਰੱਖਿਓ। ਮੈਂ ਡੋਗਰੇ ਲਈ ਇੱਕ ਚੀਜ਼ ਆਖਣੀ ਹੈ, ਠੀਕ ਹੈ, ਡੋਗਰੇ ਅਗਰ ਮੇਰੇ ਇੱਕ ਚੀਜ਼ ਉਹ ਰੱਖਣੀ ਹੈ ਨੇ, ਬਿਲਕੁਲ ਥੋੜ੍ਹੇ ਇਮੋਸ਼ਨਲ ਹੋਈ ਜਾਂਦੇ ਜੀ, ਬਿਲਕੁਲ ਡੋਗਰੇ ਮੇਰੇ ਗੱਲ ਸੁਣੋ, ਠੀਕ ਹੈ। ਚਮਚਾ ਗਿਰੀ ਨਹੀਂ ਮਿੱਤਰਾਂ ਦੇ ਖੂਨ 'ਚ, ਐਂਡ ਲਾ ਕੇ ਕਰ ਗੈਂਗ ਵਾਰ ਦਿੰਦੇ ਹਾਂ, ਨਾਲੇ ਸ਼ੇਰਾਂ ਕੇ ਗਿੱਦੜਾਂ ਦਾ ਕੰਮ ਕੋਈ ਨਾ, ਸ਼ੇਰ ਅੜੀ ਉੱਤੇ ਆ ਕੇ ਸਿੱਧੇ ਫਾੜ ਦਿੰਦੇ ਆ, ਠੀਕ ਹੈ। ਜੇ ਤੂੰ ਲਿਖਾਰੀ ਨਾ, ਆਹ ਤੇਰੇ ਵੀ ਪਿਓ ਆ, ਅਤੇ ਤੂੰ ਜਿਹੜੇ ਸਾਬੇ ਕਾ ਨਾਲ ਆਉਣਾ ਆਈਆ, ਮਾਫ਼ੀ ਮੰਗ ਲਿਆ, ਬਚੀ ਰੋਗਾ। ਆਪਣੀ ਵੈਲਿਊ ਰਾਏ ਕਮੈਂਟ ਸੈਕਸ਼ਨ ਜ਼ਰੂਰ ਰੱਖਿਓ, ਔਰ ਕਿਉਂ ਆਏ ਦਿਨ ਐਸੀ ਚੀਜ਼ਾਂ ਹੁੰਦੀਆਂ ਨਾ, ਉਹ ਕਿਆ ਛੁੱਪੀ ਦੀ ਇੱਕ ਵੱਡਾ ਇਹਦੇ ਕਾਰਨ ਹੈ। ਖਾਸ ਕਰ ਜਿਹੜੇ ਬੁੱਧੀਜੀਵ ਨੇ, ਜਿਹੜੇ ਆਏ ਦਿਨ ਡੋਗਰਾ ਹਿਸਟਰੀ, ਡੋਗਰਾ ਕਲਚਰ, ਮਹਾਰਾਜਾ, ਰਾਜਾ ਸਾਰੇ ਉੱਪਰ ਗੱਲਬਾਤ ਕਰਦੇ ਨੇ, ਤਾਂ ਅੱਜ ਕਿਉਂ ਚੁੱਪ ਨੋ? ਕਿਆ ਜਿਹੜਾ ਬੋਲਣ ਦੀ ਜ਼ਰੂਰਤ ਹੁੰਦੀ ਉਹ ਕੱਲ੍ਹ ਨਹੀਂ ਬੋਲਦੇ ਨੇ? ਇਹ ਇੱਕ ਵੱਡਾ ਸਵਾਲ ਆ। ਵੈਲਿਊ ਰਾਏ ਕਮੈਂਟ ਸੈਕਸ਼ਨ ਜ਼ਰੂਰ ਰੱਖਿਓ, ਦੇਖਦੇ ਰਹੋ ਗ੍ਰੇਟ ਜੰਮੂ, ਅਤੇ ਕੈਮਰਾ ਸਿੰਘ ਨੇ, ਮੈਂ ਪੰਕਜ ਖਜੂਰੀਆ, ਜੈ ਹਿੰਦ।